ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਵਿਖੇ ਸ਼੍ਰੀ ਜਨਮ ਆਸ਼ਟਮੀ ਮੌਕੇ ਤੇ ਸ਼ਹਿਰ ਦੇ ਸਾਰੇ ਮੰਦਰਾਂ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ। ਇਸ ਮੌਕੇ ਤੇ ਮੰਦਰਾਂ ਵਿੱਚ ਕ੍ਰਿਸ਼ਨ ਜੀ ਦੀ ਜੀਵਨੀ ਨੂੰ ਭਜਨਾਂ ਰਾਹੀਂ ਗਾਉਣ ਦਾ ਦੌਰ ਵੀ ਚੱਲਦਾ ਰਿਹਾ। ਉੱਥੇ ਮੁੱਖ ਤੌਰ 'ਤੇ ਸ਼੍ਰੀ ਬਾਬਾ ਲਾਲ ਜੀ ਦੇ ਮੰਦਰ ਅਤੇ ਪ੍ਰਾਚੀਨ ਮੰਦਰ ਵਿੱਚ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਆਉਣਾ ਜਾਣਾ ਲੱਗਿਆ ਰਿਹਾ। ਸ਼ਾਮ ਦੇ ਕਰੀਬ 5 ਵਜੇ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਵਸ ਦੇ ਸ਼ੁਭ ਮੌਕੇ 'ਤੇ ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਦਕਿ ਦੁਪਹਿਰ ਬਾਅਦ ਸ਼੍ਰੀ ਕ੍ਰਿਸ਼ਨ ਜੀ ਦੀ ਸਵਾਰੀ ਦੇ ਰੂਪ ਵਿੱਚ ਸ਼ੋਭਾ ਯਾਤਰਾ ਮੰਦਰ ਦੇ ਵਿਹੜੇ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪਰਿਕਰਮਾ ਕਰਕੇ ਵਾਪਸ ਮੰਦਰ ਆ ਕੇ ਹੀ ਸਮਾਪਤ ਹੋਈ। ਸ਼ੋਭਾ ਯਾਤਰਾ ਦੇ ਸਮੁੱਚੇ ਰਸਤੇ ਦੌਰਾਨ ਕਈ ਥਾਵਾਂ ਦੁਕਾਨਦਾਰਾਂ ਅਤੇ ਹੋਰ ਸ਼ਰਧਾਲੂਆਂ ਵੱਲੋਂ ਵੱਖ ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ ਸਨ। ਬਾਬਾ ਲਾਲ ਦਿਆਲ ਮਹਾਰਾਜ ਜੀ ਕੀ ਜੈ। ਅੱਜ ਜਨਮ ਅਸ਼ਟਮੀ ਦੇ ਦਿਹਾੜੇ 'ਤੇ ਸਤਿਗੁਰੂ ਬਾਬਾ ਲਾਲ ਜੀ ਦਾ ਦਰਬਾਰ ਕਲਾਨੌਰ ਤਪੋ ਭੂਮੀ ਸਥਾਨ ਵਿਖੇ ਜਨਮ ਅਸ਼ਟਮੀ ਦਾ ਪ੍ਰੋਗਰਾਮ ਬੜੀ ਧੂਮਧਾਮ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ। ਇਸ ਮੰਦਰ ਵਿੱਚ ਵੱਖ ਵੱਖ ਤਰ੍ਹਾਂ ਦੀ ਝਾਕੀਆਂ, ਵੱਖ ਵੱਖ ਤਰ੍ਹਾਂ ਦੇ ਸਤਸੰਗ ਮੰਡਲੀਆਂ ਅਤੇ ਬੜੀ ਦੂਰੋਂ ਦੂਰੋਂ ਤੋਂ ਸੰਗਤ ਜਿਹੜੀ ਕਿ ਜਨਮ ਅਸ਼ਟਮੀ ਦਾ ਪ੍ਰੋਗਰਾਮ ਦੇਖਣ ਵਾਸਤੇ, ਭਜਨ ਕੀਰਤਨ ਸੁਣਨ ਵਾਸਤੇ ਬੜੀ ਦੂਰੋਂ ਦੂਰੋਂ ਆ ਰਹੀ ਹੈ। ਸਤਿਗੁਰੂ ਬਾਬਾ ਲਾਲ ਜੀ ਦੀ ਅਪਾਰ ਕਿਰਪਾ ਹੈ ਇਸ ਮੰਦਰ 'ਤੇ। ਇਸ ਜਗ੍ਹਾ 'ਤੇ ਸਤਿਗੁਰੂ ਬਾਬਾ ਲਾਲ ਜੀ ਨੇ 84 ਸਾਲ ਕਿਰਨ ਨਦੀ ਵਿੱਚ ਤਪੱਸਿਆ ਕੀਤੀ ਸੀ ਅਤੇ ਦੁਬਾਰਾ ਰਾਮ ਜੀ ਉਹਨਾਂ ਨੂੰ ਦਰਸ਼ਨ ਦਿੱਤੇ, ਰਾਮ ਜੀ ਦੇ ਦਰਸ਼ਨ ਹੋਏ ਅਤੇ ਉਸ ਤੋਂ ਬਾਅਦ ਇਹ ਤਪੋ ਭੂਮੀ ਸਥਾਨ ਦੇ ਨਾਂ ਤੋਂ ਪ੍ਰਸਿੱਧ ਹੋਇਆ, ਕਿਉਂਕਿ ਸਤਿਗੁਰੂ ਬਾਬਾ ਲਾਲ ਜੀ ਨੇ ਤਪੱਸਿਆ 84 ਸਾਲ ਕੀਤੀ ਸੀ। ਸ਼੍ਰੀ ਸ਼੍ਰੀ 1008 ਮਹੰਤ ਸ਼੍ਰੀ ਰਾਮ ਸੁੰਦਰ ਦਾਸ ਜੀ ਦੀ ਅਪਾਰ ਕਿਰਪਾ ਦੇ ਨਾਲ, ਮਹੰਤ ਸ਼੍ਰੀ ਗੋਪਾਲ ਦਾਸ ਜੀ ਦੀ ਅਪਾਰ ਕਿਰਪਾ ਦੇ ਨਾਲ ਇਸ ਮੰਦਰ ਦੀ ਉਸਾਰੀ ਹੋਈ। ਔਰ ਇਸ ਮੰਦਰ ਵਿੱਚ ਹਰ ਸਾਲ ਦੂਜ ਦਾ ਦਿਹਾੜਾ ਜੋ ਕਿ ਸਾਲ ਬਾਅਦ ਆਉਂਦਾ ਹੈ ਔਰ ਹਰ ਮਹੀਨੇ ਬਾਅਦ ਦੂਜ ਦਾ ਦਿਹਾੜਾ ਮਨਾਇਆ ਜਾਂਦਾ ਹੈ ਔਰ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਾਲ ਵੀ ਹਰ ਸਾਲ ਦੀ ਤਰ੍ਹਾਂ ਸਾਡੇ ਮਹਾਤਮਾ ਜੀ ਸ਼੍ਰੀ ਲਕਸ਼ਮਣ ਦਾਸ ਜੀ ਮਹਾਰਾਜ ਜੀ ਦੀ ਦੇਖ ਰੇਖ ਵਿੱਚ ਇਹ ਪ੍ਰੋਗਰਾਮ ਜਿਹੜਾ ਚੱਲ ਰਿਹਾ ਔਰ ਸਵੇਰ ਤੋਂ ਹੀ ਸੰਗਤਾਂ ਇਸ ਮੰਦਰ ਵਿੱਚ ਆ ਕੇ ਦਰਸ਼ਨ ਮੇਲਾ ਕਰ ਰਹੀਆਂ ਹਨ। ਕ੍ਰਿਸ਼ਨ ਭਗਵਾਨ ਜੀ ਦਾ ਪ੍ਰੋਗਰਾਮ ਅੱਜ ਜਨਮ ਦਿਹਾੜਾ ਸੀ ਉਹਨਾਂ ਦਾ, ਇਸ ਕਰਕੇ ਇਹ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਵੈਸੇ ਤਾਂ ਕਲਾਨੌਰ ਦੇ ਹਰ ਮੰਦਰ ਵਿੱਚ ਇਹ ਦਿਹਾੜਾ ਮਨਾਇਆ ਜਾ ਰਿਹਾ, ਪਰ ਸਾਡੇ ਪ੍ਰੋਗਰਾਮ ਦਾ ਕੋਈ ਖਾਸ ਹੀ ਮਜ਼ਾ ਹੁੰਦਾ ਜੀ। ਇਸ ਪ੍ਰੋਗਰਾਮ 'ਤੇ ਸੰਗਤ ਬੜੀ ਦੂਰ ਦੂਰ ਤੋਂ ਆਉਂਦੀ ਹੈ, ਇਲਾਕੇ ਦੇ ਨੇੜੇ ਦੇ ਸਾਰੇ ਪਿੰਡਾਂ ਤੋਂ ਤਕਰੀਬਨ 2-2.5 ਹਜ਼ਾਰ ਦੇ ਲਾਗੇ ਚਾਗੇ ਸੰਗਤ ਜਿਹੜੀ ਹੈ ਆ ਕੇ ਸ਼ਾਮ ਤੱਕ ਮੱਥਾ ਟੇਕਦੀ ਹੈ ਔਰ ਰਾਤ ਨੂੰ ਸਤਸੰਗ ਸਾਡਾ ਚੱਲਦਾ ਹੈ 8 ਵਜੇ ਤੋਂ ਲੈ ਕੇ 12 ਵਜੇ ਤੱਕ ਚੱਲਦਾ ਹੈ ਅਤੇ ਉਹਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਝਾਕੀਆਂ ਬੱਚਿਆਂ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਹਨ ਅਤੇ ਮਟਕੀ ਦਾ ਜਿਹੜਾ ਸਾਡਾ ਖਾਸ ਪ੍ਰੋਗਰਾਮ ਹੈ, ਮਟਕੀ ਕ੍ਰਿਸ਼ਨ ਭਗਵਾਨ ਜੀ ਆਪਣੇ ਗਵਾਲਿਆਂ ਦੇ ਨਾਲ ਰਲ ਕੇ ਮਟਕੀ ਤੋੜਦੇ ਹਨ ਔਰ ਉਹ ਬੜਾ ਸ਼ਾਨਦਾਰ ਨਜ਼ਾਰਾ ਹੁੰਦਾ ਜੀ। ਇਸ ਕਰਕੇ ਇਹ ਪ੍ਰੋਗਰਾਮ ਸਾਡੇ ਮੰਦਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੇ ਆਪ ਸਭ ਨੂੰ ਪਤਾ ਹੈ ਕਿ ਇਸ ਮੰਦਰ ਦੀ ਮਹੱਤਤਾ ਬਾਰੇ ਮੈਂ ਕਾਫੀ ਹੱਦ ਤੱਕ ਦੱਸ ਵੀ ਚੁੱਕਿਆ ਹਾਂ। ਇਸ ਕਰਕੇ ਇਹ ਮੰਦਰ ਜਿਹੜਾ ਬਾਬਾ ਲਾਲ ਜੀ ਦਾ ਮੰਦਰ ਬੜੀਆਂ ਪੁਰਾਣੀਆਂ ਸਮਿਆਂ ਤੋਂ ਇਸ ਮੰਦਰ ਦੇ ਵਿੱਚ ਕੋਈ ਡਿਵੈਲਪਮੈਂਟ ਪਹਿਲਾਂ ਨਹੀਂ ਸੀ ਅਤੇ ਹੁਣ ਮਹਾਰਾਜ ਜੀ ਦੀ ਪਾਰ ਕਿਰਪਾ ਨਾਲ ਜੰਗਲ 'ਚ ਮੰਦਰ ਲੱਗੇ ਹੋਏ ਹਨ ਅਤੇ ਇਸ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਹਰ ਪ੍ਰੋਗਰਾਮ, ਹਰ ਤਿਉਹਾਰ ਉੱਤੇ, ਹਰ ਹਿੰਦੂਆਂ ਦੇ ਤਿਉਹਾਰਾਂ ਉੱਤੇ ਇਹ ਪ੍ਰੋਗਰਾਮ ਇੱਥੇ ਹੁੰਦੇ ਰਹਿੰਦੇ ਹਨ। ਸਤਸੰਗ ਚੱਲਦੇ ਰਹਿੰਦੇ ਹਨ। ਸੁੰਦਰ ਕਾਂਡ ਦੇ ਬਾਅਦ ਹਰ ਸ਼ਨੀਵਾਰ ਦੇ ਸ਼ਨੀਵਾਰ ਸਾਡੀ ਸੁੰਦਰ ਕਾਂਡ ਭਜਨ ਮੰਡਲੀ, ਮਹਿਲਾ ਮੰਡਲੀ ਵੱਲੋਂ ਕਰਵਾਇਆ ਜਾਂਦਾ ਹੈ ਔਰ ਜੋ ਵੀ ਸੰਗਤ ਆਪਣੀ ਖੁਸ਼ੀ ਨਾਲ ਕੋਈ ਸੁੰਦਰ ਕਾਂਡ ਸਤਸੰਗ ਚੱਲਦੇ ਰਹਿੰਦੇ ਹਨ। ਸੁੰਦਰ ਕਾਂਡ ਦੇ ਬਾਅਦ ਹਰ ਸ਼ਨੀਵਾਰ ਦੇ ਸ਼ਨੀਵਾਰ ਸਾਡੀ ਸੁੰਦਰ ਕਾਂਡ ਭਜਨ ਮੰਡਲੀ, ਮਹਿਲਾ ਮੰਡਲੀ ਵੱਲੋਂ ਕਰਵਾਇਆ ਜਾਂਦਾ ਹੈ ਔਰ ਜੋ ਵੀ ਸੰਗਤ ਆਪਣੀ ਖੁਸ਼ੀ ਨਾਲ ਕੋਈ ਸੁੰਦਰ ਕਾਂਡ ਦਾ ਪਾਠ ਕਰਵਾਉਣਾ ਚਾਹੁੰਦਾ ਹੈ ਉਹ ਕਰਵਾ ਦਿੰਦਾ ਹੈ। ਇੱਥੋਂ ਦੀ ਭਜਨ ਮੰਡਲੀ ਸਵਾਮੀ ਸ਼੍ਰੀ ਪੰਕਜ ਦਾਸ ਜੀ ਜਿਹੜੇ ਪਹਿਲਾਂ ਇਸ ਗੱਦੀ 'ਤੇ ਵਿਰਾਜਮਾਨ ਸਨ ਉਹਨਾਂ ਦੇ ਜਾਣ ਤੋਂ ਬਾਅਦ ਇਹ ਸਤਸੰਗ ਉਸੇ ਤਰ੍ਹਾਂ ਹੀ ਉਹਨਾਂ ਦੁਆਰਾ ਹੀ ਸ਼ੁਰੂ ਕਰਵਾਇਆ ਗਿਆ ਹੈ। ਭਜਨ ਮੰਡਲੀ ਤਿਆਰ ਕੀਤੀਆਂ ਗਈਆਂ, ਪ੍ਰਭਾਤ ਫੇਰੀਆਂ ਨਿਕਲਦੀਆਂ ਹਨ, ਸੋ ਇਸ ਕਰਕੇ ਇਸ ਮੰਦਰ ਦੀ ਬਹੁਤ ਹੀ ਮਹੱਤਤਾ ਹੈ। ਕਈਆਂ ਲੋਕਾਂ ਨੂੰ ਤਾਂ ਮੇਰੇ ਖਿਆਲ ਇਸ ਮੰਦਰ ਦੀ ਮਹੱਤਤਾ ਬਾਰੇ ਪਤਾ ਨਹੀਂ, ਪਰ ਸਾਨੂੰ ਜਾਣਨਾ ਚਾਹੀਦਾ ਹੈ ਕਿ ਇਸ ਮੰਦਰ ਦੀ ਮਹੱਤਤਾ ਕੀ ਹੈ। ਸਤਿਗੁਰੂ ਸ਼੍ਰੀ ਬਾਬਾ ਲਾਲ ਜੀ ਬਹੁਤ ਹੀ ਤੱਕ ਵਾਲੇ ਹੋਏ ਹਨ ਜਿਨ੍ਹਾਂ ਨੇ ਧਿਆਨਪੁਰ ਗੱਦੀ ਨੂੰ ਬਾਅਦ ਵਸਾਇਆ ਔਰ ਸੰਗਤ ਧਿਆਨਪੁਰ ਇੱਥੋਂ ਮੱਥਾ ਟੇਕ ਕੇ ਧਿਆਨਪੁਰ ਜਾਂਦੀ ਹੈ ਜਾਂ ਧਿਆਨਪੁਰ ਤੋਂ ਮੱਥਾ ਟੇਕ ਕੇ ਸੰਗਤ ਬੱਸਾਂ ਦੇ ਵਿੱਚ ਜੰਮੂ ਤੋਂ ਹੋਰ ਲੁਧਿਆਣਾ, ਪਟਿਆਲਾ, ਮੁਕੇਰੀਆਂ, ਬਟਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ ਅਤੇ ਅੰਮ੍ਰਿਤਸਰ ਸ਼ਹਿਰ ਤੋਂ ਵੀ ਕਾਫੀ ਹੱਦ ਤੱਕ ਸੰਗਤਾਂ ਇੱਥੇ ਨਤਮਸਤਕ ਹੋਣ ਆਉਂਦੀਆਂ ਹਨ। ਬੋਲੀ ਸ਼੍ਰੀ ਸਤਿਗੁਰੂ ਬਾਬਾ ਲਾਲ ਦਿਆਲ ਮਹਾਰਾਜ ਜੀ ਕੀ ਜੈ। ਬਾਬਾ ਲਾਲ ਜੀ ਦਾ ਤਪੋ
कृष्णा भगवान के जन्म मना रहे हैं सत्संगत मिल करके। आज तपोधाम बाबा लाल जी के लक्ष्य में उनका आश्रम में उनका तपोधाम में भी बैठ करके जन्म स्थली कृष्णा भगवान के मना रहे हैं। सब बोलो सतगुरु बाबा लाल दयाल महाराज की जय। बाबा लाल दयाल महाराज की जय। भगवान मथुरा में कंसा के जो बहन था देवकी उनको शादी ब्याह करने लगा तो बारात जाने के समय में आकाश पानी हुआ कि देवकी के अथवा अंश कंसा को काल बनेगा। सही आकाशवाणी सुन के कंसा ने बहुत क्रोध हुआ, अपने बहन के केस पकड़ के अपने तरवाल से मारने का दौड़े। जब वासुदेव उनका बहुत मेहनत किया प्रार्थना किया कि हमारा तुम्हारा बहन तो दुश्मनी नहीं, इनका अथवा अंश जो लड़का है दुश्मनी है, जब बेटा होगा तुम्हारा हाथ में दे देंगे। तो कंसा ने उनको देव किया, वासुदेव का कारागार में ढूंढ लिया, देरी पर पड़ो लगा दिया। उसके बाद में जो एक लड़की जन्म हुआ तब वासुदेव अपने लड़की को लेकर के कंसा को दरबार में गए। तो कंसा ने देखा ये लड़की बहुत सुंदर, फिर दया आ गया तो नहीं उसको मारा लौटा दिया। तो नारद जी आ गया कंसा के पास में, तेरे कंसा तुमने भूल किया, तुमने पता नहीं आप अथवा लड़का से यही होगा तुम्हारा काल तरी से क्यों छोड़ दिया, इधर से गनो भी आज उधर से गनो भी आज, क्या पता पहले जन्म हो गया तुम्हारे दुश्मन। तो कंसा ने फिर उसको मंगा बुला करके उसको मार दिया। तब सतवा अंसर को वैसे मारते मारते सब मार दिया। तो अथवा समय कृष्ण भगवान को जन्म हुए, तुमके पता नहीं आज अथवा लड़का से यही होगा तुम्हारा काल तरीज के क्यों छोड़ दिया, इधर से गनो भी आज उधर से गनो भी आज, क्या पता पहले जन्म हो गया तुम्हारे दुश्मन। तो कंसा ने फिर उसको मंगा बुला करके उसको मार दिया। तब आज सतवा अंसर को वैसे मारते मारते सब मार दिया। तो अथवा समय कृष्ण भगवान को जन्म हुए, तब वासुदेव उनका ले करके गोकुल में ले गया। गोकुल में ले गया तो नंद बाबा के पास में यशोदा मैया के पास में सुवा दिया। तो वहाँ लक्ष्मी थे रोहिणी थे, उनसे जन्म हुए थे, उसको ला करके अपने मथुरा में लाए। तब ले करके उस लड़की को गए तो उसे कंसा मारने लगा था, हाथ से छूट करके आकाश हो गया। कंसा तुम्हारा दुश्मन तो गोकुल में है, जन्म ले लिया है, हमको क्या मारेगा तुम, ऐसा करके बोले। तो कंसा ने बहुत दुखित हो गया। तब उसने पूतना को भेजा कि जाओ जितना सब राक्षस लोगों के पिता अपने दूध को भेजा कि जितना गोकुल में जो लड़का रहेगा छोटे छोटे जल में सबको मारता हूँ। तब सब वहाँ पर आए, बहुत लड़कों को मार डाला। तो उसके बाद पूतना है, पूतना को मार डाला। ऐसे करते करते बहुत लीला किए। तो उसी आज लीला कृष्ण भगवान के जन्मदिन है, उसी का आज बाबा लाल जी का तपोधाम खाना नौर में आज उसको हम उसे मना रहे।